ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 6 ਅਕਤੂਬਰ 2022 ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਕਰੰਟ ਅਫੇਅਰ ਦੇ ਕੁਐਸਚਨ ਹਰੇਕ ਕੁਐਸਚਨ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ Telegram channel ਦਾ link ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ description box ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 1 ਹਾਲ ਹੀ ਵਿੱਚ ਭਾਰਤ ਦੇ ਚੋਣ ਕਮਿਸ਼ਨ ਨੇ ਕਿਸ ਨੂੰ ਆਪਣਾ ਰਾਸ਼ਟਰੀ ਆਈਕਨ ਐਲਾਨਿਆ ਹੈ ਹਾਂਜੀ ਭਾਰਤ ਦੇ ਚੋਣ ਕਮਿਸ਼ਨਰ ਆ ਰਜੀਵ ਕੁਮਾਰ ਤੇ ਇਹਨਾਂ ਨੇ ਆਪਣਾ ਰਾਸ਼ਟਰੀ ਆਈਕਨ ਐਲਾਨਿਆ ਪੰਕਜ ਤ੍ਰਿਪਾਠੀ ਨੂੰ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ अच्छा ਜਿਹੜੇ ਰਾਸ਼ਟਰੀ ਆਈਕਨ ਹੁੰਦੇ ਕਿਉਂ ਐਲਾਨੇ ਜਾਂਦੇ ਆ ਦੇਸ਼ ਭਰ ਦੇ ਮਤਦਾਤਾ ਨੂੰ ਜਾਗਰੂਕ ਕਰਨ ਦੇ ਲਈ ਅਤੇ ਉਹਨਾਂ ਦੇ ਵੋਟ ਦੀ ਕੀ ਵੈਲਿਊ ਆ ਇਹ ਅਵੇਅਰਨੈਸ ਪੈਦਾ ਕਰਨ ਦੇ ਲਈ ਰਾਸ਼ਟਰੀ ਆਈਕਨ ਐਲਾਨੇ ਜਾਂਦੇ ਆ ਠੀਕ ਹੈ ਤੇ ਐਟ ਪ੍ਰੈਜ਼ੈਂਟ ਸਾਡੇ ਚੀਫ ਇਲੈਕਸ਼ਨ ਕਮਿਸ਼ਨ ਕੋਣਾ राजीव ਕੁਮਾਰ 91 ਨੰਬਰ ਦੇ ਆ 25ਵੇਂ ਨੰਬਰ ਦੇ ਆ ਨੈਕਸਟ ਕੁਐਸਚਨ ਅਸੀਂ ਕਰਦੇ ਆ ਜੀ हाल ही ਵਿੱਚ right SBI ਨੇ ਭਾਰਤ ਦੇ ਕਿੰਨੇ ਰਾਜਾਂ ਵਿੱਚ ਗ੍ਰਾਮ ਸੇਵਾ ਪ੍ਰੋਗਰਾਮ ਸ਼ੁਰੂ ਕੀਤਾ ਹੈ ਹਾਂਜੀ SBI ਨੇ ਭਾਰਤ ਦੇ 6 ਰਾਜਾਂ ਦੇ ਵਿੱਚ ਗ੍ਰਾਮ ਸੇਵਾ ਪ੍ਰੋਗਰਾਮ ਸ਼ੁਰੂ ਕੀਤਾ ਆਪਸ਼ਨ ਨੰਬਰ C ਇਸ ਦਾ ਰਾਈਟ ਆਨਸਰ ਹੈ SBI ਨੇ SBI ਫਾਊਂਡੇਸ਼ਨ ਦੇ ਤਹਿਤ ਭਾਰਤ ਦੇ 6 ਰਾਜਾਂ ਦੇ ਵਿੱਚ ਗ੍ਰਾਮ ਸੇਵਾ ਪ੍ਰੋਗਰਾਮ ਸ਼ੁਰੂ ਕੀਤਾ ਕਿਹੜੇ-ਕਿਹੜੇ ਛੇ ਰਾਜਾ ਹਰਿਆਣਾ ਗੁਜਰਾਤ ਪੰਜਾਬ ਮਹਾਰਾਸ਼ਟਰ ਪੱਛਮੀ ਬੰਗਾਲ ਤੇ ਤਾਮਿਲਨਾਡੂ ਠੀਕ ਹੈ ਇਨਾਂ ਛੇ ਰਾਜਾਂ ਦੇ ਵਿੱਚ ਐਸਬੀਆਈ ਨੇ ਗ੍ਰਾਮ ਸੇਵਾ ਪ੍ਰੋਗਰਾਮ ਸ਼ੁਰੂ ਕੀਤਾ ਤੇ ਇਹ ਜਿਹੜਾ ਗ੍ਰਾਮ ਸੇਵਾ ਸੇਵਾ ਪ੍ਰੋਗਰਾਮ ਆ ਇਹ ਗਾਂਧੀ ਜਨਮ ਦਿਤੀ ਤੇ ਐਸਬੀਆਈ ਨੇ ਸ਼ੁਰੂ ਕੀਤਾ ਤੇ ਇਸ ਦੇ ਤਹਿਤ ਕੀ ਹੋਵੇਗਾ ਕਿ ਐਸਬੀਆਈ ਫਾਊਂਡੇਸ਼ਨ ਦੇਸ਼ ਭਰ ਵਿੱਚ 30 ਪਿੰਡਾਂ ਨੂੰ ਗੋਦ ਲਵੇਗੀ ਹੁਣ ਐਸਬੀਆਈ ਦੀ ਗੱਲ ਕਰ ਰਹੇ ਹਾਂ ਜਾਨੀ ਕਿ ਸਟੇਟ ਬੈਂਕ ਆਫ ਇੰਡੀਆ ਇਸ ਦੀ ਸਥਾਪਨਾ ਕਦੋਂ ਹੋਈ 1900 55 ਦੇ ਵਿੱਚ ਇਸ ਦਾ ਹੈੱਡਕੁਆਟਰ ਮੂਬਈ ਦੇ ਵਿੱਚ ਤੇ ਐਟ ਪ੍ਰੈਸੈਂਟ ਇਸ ਦੇ ਸੀਈਓ ਕੌਣ ਨੇ ਦਿਨੇਸ਼ ਕੁਮਾਰ ਖਾਰਾ ਨੈਕਸਟ ਕੁਐਸ਼ਚਨ ਅਸੀਂ ਕਰਦੇ ਹਾਂ ਜੀ ਕਿਸ ਰਾਜ ਸਰਕਾਰ ਨੇ ਹਾਲੇ ਹੀ ਵਿੱਚ ਟਾਟਾ ਟੈਕਨੋਲੋਜੀ ਨਾਲ ਪਾਈਵਾਲੀ ਕੀਤੀ ਹੈ ਹਾਂਜੀ ਟਾਟਾ ਟੈਕਨੋਲੋਜੀ ਨਾਲ ਪਾਈਵਾਲੀ ਕੀਤੀ ਹੈ ਛਤੀਸਗੜ੍ਹ ਦੀ ਗਵਰਨਮੈਂਟ ਨੇ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਤਕਨੀਕੀ ਸਿੱਖਿਆ ਸੰਸਥਾਵਾਂ ਨੂੰ ਤਕਨੀਕੀ ਹੱਬ ਦੇ ਰੂਪ ਵਿੱਚ ਵਿਕਸਿਤ ਕਰਨ ਦੇ ਲਈ ਟਾਟਾ ਟੈਕਨੋਲੋਜੀ ਨਾਲ ਭਾਈਵਾਲੀ ਕੀਤੀ ਛਤੀਸਗੜ੍ਹ ਦੀ ਗਵਰਨਮੈਂਟ ਨੇ ਹੁਣੇ ਭਾਈਵਾਲੀ ਛਤੀਸਗੜ੍ਹ ਦੀ ਗਵਰਨਮੈਂਟ ਨੇ ਕੀਤੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਛਤੀਸਗੜ੍ਹ ਛਤੀਸਗੜ੍ਹ ਦੀ ਕੈਪੀਟਲ ਆ ਰਾਏਪੁਰ ਇੱਕ ਹੋਰ ਸਹਿਰ ਆ ਨਮਾ ਰਾਏਪੁਰ ਉਸ ਦਾ ਨਾਮ ਬਦਲ ਕੇ ਅਟਲ ਨਗਰ ਰੱਖ ਦਿੱਤਾ ਗਿਆ ਛਤੀਸਗੜ੍ਹ ਦੇ ਵਿੱਚ ਅਚਾਨਕ ਮਾਰ ਵਾਈਲਡਲਾਈਫ ਸੈਂਚਰੀ ਆ ਬਾਦਲਖੋਰ ਵਾਈਲਡਲਾਈਫ ਸੈਂਚਰੀ ਆ ਵਰਨਾਮਾ ਪਾਰਾ ਵਾਈਲਡਲਾਈਫ ਸੈਂਚਰੀ ਆ ਛਤੀਸਗੜ ਦੇ ਵਿੱਚ ਦਾਇ ਦੀ ਦੀ ਮੋਬਾਈਲ ਕਲੀਨਿਕ ਸ਼ੁਰੂ ਹੋਏ ਕੁਸ਼ਲਿਆ ਮਾਤ੍ਰਿਤਵਾ ਯੋਜਨਾ ਛਤੀਸਗੜ ਦੇ ਵਿੱਚ ਸ਼ੁਰੂ ਹੋਈ। ਹਾਂਜੀ ਮੈਂ ਨੋਟ ਵੀ ਕਰ ਦਿੱਤੇ ਹੋਏ ਆ ਛਤੀਸਗੜ ਸਰਕਾਰ ਨੇ ਅਨੁਸੂਚਿਤ ਖੇਤਰਾਂ ਦੇ ਵਿੱਚ ਪੰਚਾਇਤ ਅਧਿਕਾਰਾਂ ਦਾ ਵਿਸਤਾਰ ਲਾਗੂ ਕੀਤਾ। ਛਤੀਸਗੜ ਸੀਐਫਆਰ ਅਧਿਕਾਰਾਂ ਨੂੰ ਮਾਨਤਾ ਦੇਣ ਵਾਲਾ ਦੇਸ਼ ਦਾ ਦੂਜਾ ਰਾਜ ਬਣਿਆ। ਛਤੀਸਗੜ ਦੇ ਮੁੱਖ ਮੰਤਰੀ ਨੇ ਮੁੱਖ ਮੰਤਰੀ ਮਿਤੈਨ ਯੋਜਨਾ ਸ਼ੁਰੂ ਕੀਤੀ ਆ। ਛਤੀਸਗੜ ਦੀ ਗਵਰਨਮੈਂਟ ਵੱਲੋਂ ਕੋਸਲਿਆ ਮਾਤ੍ਰਿਤਵਾ ਯੋਜਨਾ ਸ਼ੁਰੂ ਕੀਤੀ ਗਈ। ਛੱਤੀਸਗੜ੍ਹ ਸਰਕਾਰ ਨੇ ਹਰੇਕ ਜ਼ਿਲ੍ਹੇ ਵਿੱਚ ਮਹਿਲਾ ਸੁਰੱਖਿਆ ਸੈੱਲ ਸਥਾਪਿਤ ਕਰਨ ਦਾ ਐਲਾਨ ਕੀਤਾ ਦਾਈ ਦੀ ਦੀ ਮੋਬਾਈਲ ਕਲੀਨਿਕ ਸ਼ੁਰੂ ਹੋਇਆ ਛੱਤੀਸਗੜ੍ਹ ਦੇ ਵਿੱਚ ਤੇ ਕੁਸ਼ਲਿਆ ਜਨੇਪਾ ਯੋਜਨਾ ਵੀ ਛੱਤੀਸਗੜ੍ਹ ਦੇ ਵਿੱਚ ਸ਼ੁਰੂ ਹੋਈ ਛੱਤੀਸਗੜ੍ਹ ਦੀ ਪੁਲਿਸ ਨੇ ਡਿਪਰੈਸ਼ਨ ਗ੍ਰਸਤ ਕਰਮਚਾਰੀਆਂ ਦੇ ਲਈ ਸੰਪਦਨ ਅਭਿਆਨ ਸ਼ੁਰੂ ਕੀਤਾ ਵਨ ਨੇਸ਼ਨ ਵਨ ਰਾਸ਼ਨ ਕਾਰਡ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਬਣਿਆ ਛੱਤੀਸਗੜ੍ਹ ਨੈਕਸਟ ਕੁਐਸਚਨ ਹਾਲ ਹੀ ਵਿੱਚ ਯੂਐਨਸੀਟੀਏਡੀ ਨੇ ਭਾਰਤ ਦੇ ਆਰਥਿਕ ਵਿਕਾਸ ਦਰ ਦਾ ਅਨੁਮਾਨ ਕਿੰਨਾ ਪ੍ਰਤੀਸ਼ਤ ਹੋਣ ਦਾ ਅਨੁਮਾਨ ਲਗਾਇਆ ਹਾਂਜੀ ਜੂਐਨਸੀਟੀਏਡੀ ਨੇ ਭਾਰਤ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ 8.2 ਪ੍ਰਤੀਸ਼ਤ ਲਗਾਇਆ ਸੀ ਜਿਸ ਨੂੰ ਘਟਾ ਕੇ ਹੁਣ 5.7 ਪ੍ਰਤੀਸ਼ਤ ਕਰ ਦਿੱਤਾ ਗਿਆ অপশন নাম্বার সি ইজ দা রাইট आंसर ਪਹਿਲਾਂ 8.2% ਦਾ ਲਗਾਇਆ ਸੀ UNCTAD ਨੇ ਪਰ ਹੁਣ ਕਿੰਨੇ ਦਾ ਲਗਾਇਆ 5.7% ਦਾ ਹੁਣ ਇਹ ਅਨੁਮਾਨ UNCTAD ਨੇ ਲਗਾਇਆ ਤਾਂ ਇਸ ਦੀ ਫੁੱਲ ਫਾਰਮ ਕੀ ਹੈ ਯੂਨਾਈਟਿਡ ਨੈਸ਼ਨਲ ਕਾਨਫਰੰਸ ਆਫ ਟ੍ਰੇਡ ਐਂਡ ਡਿਵੈਲਪਮੈਂਟ ਮੈਂ ਰਿਪੀਟ ਕਰ ਦਿੰਨੀ ਹਾਂ ਯੂਨਾਈਟਿਡ ਨੈਸ਼ਨਲ ਕਾਨਫਰੰਸ ਆਫ ਟ੍ਰੇਡ ਐਂਡ ਡਿਵੈਲਪਮੈਂਟ ਇਸ ਦੀ ਸਥਾਪਨਾ ਕਦੋਂ ਹੋਈ ਸੀ 1964 ਦੇ ਵਿੱਚ ਇਸ ਦਾ ਹੈੱਡਕੁਆਰਟਰ ਹੈ ਜਨੇਵਾ ਦੇ ਵਿੱਚ ਐਟ ਪ੍ਰੈਜ਼ੈਂਟ ਇਸ ਦੇ ਸਕੱਤਰ ਕੌਣ ਨੇ ਰੈਵਿਕਾ ਗ੍ਰਿਸਫਿਨ ਹਾਂਜੀ ਨੈਕਸਟ ਕੁਐਸ਼ਨ ਹਾਲ ਹੀ ਵਿੱਚ 32ਵੇਂ ਬਿਹਾਰੀ ਪੁਰਸਕਾਰ ਨਾਲ ਕਿਸ ਨੂੰ ਸਨਮਾਨਿਤ ਕੀਤਾ ਜਾਵੇਗਾ ਹਾਂਜੀ 32ਵੇਂ ਬਿਹਾਰੀ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਮਾਦਵ ਹਾਂਡਾ ਨੂੰ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ ਕਿਸ ਦੀ ਕਿਤਾਬ ਜੀਤੇ ਜੀ ਇਲਾਹਾਬਾਦ ਨੂੰ ਵੈਲੀ ਆਫ ਵਰਲਡਸ ਅਵਾਰਡ ਮਿਲਿਆ ਹੈ ਹਾਂਜੀ ਕਿਸ ਦੀ ਲਿਖੀ ਹੋਈ ਕਿਤਾਬ ਆ ਜੀਤੇ ਜੀ ਇਲਾਹਾਬਾਦ ਨੂੰ ਵੈਲੀ ਆਫ ਵਰਲਡ ਅਵਾਰਡ ਮਿਲਿਆ ਹਾਂਜੀ ਇਹ ਬੁੱਕ ਲਿਖੀ ਆ ਕਿੰਨਾ ਨੇ ਲਿਖੀ ਆ ਮਮਤਾ ਕਾਲਿਆ ਨੇ ਤੇ ਇਹਨਾਂ ਨੂੰ ਹੀ ਵੈਲੀ ਆਫ ਵਰਲਡਸ ਅਵਾਰਡ ਦਿੱਤਾ ਗਿਆ ਜੀਤੇ ਜੀ ਇਲਾਹਾਬਾਦ ਦੇ ਲਈ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਮਮਤਾ ਕਾਲਿਆ ਨੈਕਸਟ ਕੁਐਸ਼ਨ ਅਸੀਂ ਕਰਦੇ ਆ ਹਾਂਜੀ ਹਾਲ ਹੀ ਵਿੱਚ ਸਾਲ 2022 ਲਈ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਕਿਸ ਨੂੰ ਦਿੱਤਾ ਗਿਆ ਹਾਂਜੀ ਸਾਲ 2022 ਲਈ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਦਿੱਤਾ ਗਿਆ ਵਾ ਦੇਖੋ ਐਲ ਐਨ ਪਹਿਲੂ ਪਹਿਲੂ ਨਹੀਂ ਗਿਆ ਇੱਥੇ ਬਾਈ ਮਿਸਟੇਕ ਲਿਖਿਆ ਗਿਆ ਇਹ ਟਾਈਪ ਹੋ ਗਿਆ ਇੱਥੇ ਨਾਮ ਹੈ ਐਲ ਐਨ ਐਸਪੈਕਟ ਤੇ ਦੂਸਰਾ ਨਾਮ ਆ ਐਨਟਨ ਜ਼ਿਲਿੰਗਰ ਉਸ ਤੋਂ ਬਾਅਦ ਆ ਯੋਨ ਐਫ ਕਲੋਜ਼ਰ ਠੀਕ ਹੈ ਇਹ ਸਾਰਿਆਂ ਨੂੰ ਹੀ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਦਿੱਤਾ ਗਿਆ অপশন নাম্বার ডি ইজ দা রাইট आंसर नेक्स्ट কোশ্চেন assi karde ha ji हाल ही ਵਿੱਚ ਵਿਸ਼ਵ ਪਸ਼ੂ ਦਿਵਸ ਕਦੋਂ ਮਨਾਇਆ ਗਿਆ ਹੈ ਹਾਂਜੀ ਵਿਸ਼ਵ ਪਸ਼ੂ ਦਿਵਸ ਕਦੋਂ ਮਨਾਇਆ ਗਿਆ ਹੈ 4 ਅਕਤੂਬਰ ਨੂੰ অপশন ਨੰਬਰ ਬੀ ਇਜ਼ ਦਾ রাইਟ ਆਨਸਰ ਦੁਨੀਆ ਭਰ ਵਿੱਚ ਜਾਨਵਰਾਂ ਦੇ ਜੀਵਨ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਹਰ ਸਾਲ ਵਿਸ਼ਵ ਪਸ਼ੂ ਦਿਵਸ ਮਨਾਇਆ ਜਾਂਦਾ ਹੈ ਠੀਕ ਹੈ ਹਾਂਜੀ ਹੁਣ ਅਸੀਂ ਅਕਤੂਬਰ ਦੇ ਇੰਪੋਰਟੈਂਟ ਡੇ ਦੀ ਗੱਲ ਕਰ ਰਹੇ ਹਾਂ ਤਾਂ 1 ਅਕਤੂਬਰ ਨੂੰ ਬਜ਼ੁਰਗ ਵਿਅਕਤੀਆਂ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ਰਾਸ਼ਟਰੀ ਸਵੇਸ਼ ਖੂਨਦਾਨ ਦਿਵਸ ਵੀ 1 ਅਕਤੂਬਰ ਨੂੰ ਮਨਾਇਆ ਗਿਆ। ਵਿਸ਼ਵ ਸ਼ਾਕਾਹਾਰੀ ਦਿਵਸ ਵੀ 1 ਅਕਤੂਬਰ ਨੂੰ ਮਨਾਇਆ ਗਿਆ। ਤੇ ਅੰਤਰਰਾਸ਼ਟਰੀ ਕਾਫੀ ਦਿਵਸ ਵੀ 1 ਅਕਤੂਬਰ ਨੂੰ ਮਨਾਇਆ ਗਿਆ। ਨੈਕਸਟ ਕੁਐਸ਼ਨ ਹਾਂਜੀ 2 ਅਕਤੂਬਰ ਵੀ ਤੁਸੀਂ ਦੇਖ ਸਕਦੇ ਹੋ ਅੰਤਰਰਾਸ਼ਟਰੀ ਅਹਿੰਸਾ ਦਿਵਸ ਤੇ ਸਵਸਥ ਭਾਰਤ ਦਿਵਸ 2 ਅਕਤੂਬਰ ਨੂੰ ਮਨਾਏ ਗਏ ਆ ਤੇ 3 ਅਕਤੂਬਰ ਨੂੰ ਵਿਸ਼ਵ ਆਵਾਸ ਦਿਵਸ ਮਨਾਇਆ ਗਿਆ। ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਰਾਜ ਦੇ ਉਪ ਮੁੱਖ ਮੰਤਰੀ ਨੇ ਬੰਦੇ ਮਾਤਰਮ ਪਹਿਲ ਕਦਮੀ ਦੀ ਸ਼ੁਰੂਆਤ ਕੀਤੀ? ਹਾਂਜੀ ਰੀਸੈਂਟਲੀ ਮਹਾਰਾਸ਼ਟਰ ਦੇ ਉਪ ਮੰਤਰੀ ਨੇ ਮਹਾਰਾਸ਼ਟਰ ਦੇ ਉਪ ਮੰਤਰੀ ਕੋਣਾ ਵੈਸੇ ਦਵਿੰਦਰ ਫੜਨਵੀਸ ਤੇ ਇਹਨਾਂ ਨੇ ਹੀ ਬੰਦੇ ਮਾਤਰਮ ਪਹਿਲ ਕਦਮੀ ਦੀ ਸ਼ੁਰੂਆਤ ਕੀਤੀ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਮਹਾਰਾਸ਼ਟਰ ਹੁਣ ਮਹਾਰਾਸ਼ਟਰ ਦੇ ਵਿੱਚ ਜਿੰਨੇ ਵੀ ਗਵਰਨਮੈਂਟ ਸੈਂਟਰ ਆ ਤੇ ਉਥੇ ਕਾਲ ਤੇ ਕਦੇ ਵੀ ਹੈਲੋ ਨਹੀਂ ਬੋਲਿਆ ਜਾਵੇਗਾ ਬੰਦੇ ਮਾਤਰਮ ਬੋਲਿਆ ਜਾਵੇਗਾ ਠੀਕ ਹੈ ਹੁਣ ਇਹ ਜਿਹੜੀ ਸ਼ੁਰੂਆਤ ਆ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਨੇ ਕੀਤੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਹਾਰਾਸ਼ਟਰ ਮਹਾਰਾਸ਼ਟਰ ਦੀ ਕੈਪੀਟਲ ਕੀ ਆ ਮੁੰਬਈ ਇੱਥੋਂ ਦੇ ਚੀਫ ਮਿਨਿਸਟਰ ਆ ਏਕਨਾਥ ਸ਼ਿੰਦੇ ਤੇ ਇੱਥੋਂ ਦੇ ਗਵਰਨਰ ਆ ਭਗਤ ਸਿੰਘ ਕੋਸ਼ਿਆਰੀ ਤੇ ਐਟ ਪ੍ਰੈਜ਼ੈਂਟ ਮਹਾਰਾਸ਼ਟਰ ਦੇ ਉਪ ਰਾਸ਼ਟਰਪਤੀ ਕੌਣ ਨੇ ਦਵਿੰਦਰ ਫੜਨवीस ਤੇ ਮਹਾਰਾਸ਼ਟਰ ਦੇ ਵਿੱਚ ਸੰਜੇ ਗਾਂਧੀ ਨੈਸ਼ਨਲ ਪਾਰਕ ਆ ਸੰਜੇ ਗਾਂਧੀ ਨੈਸ਼ਨਲ ਪਾਰਕਾ ਗੁਗੂਮਲ ਨੈਸ਼ਨਲ ਪਾਰਕਾ ਨਵੇਂ گاਉ ਨੈਸ਼ਨਲ ਪਾਰਕਾ ਮਹਾਰਾਸ਼ਟਰ ਦੀ ਹਿਸਟਰੀ ਦੇ ਬਿਜਿਟਿਕ ਬੁੱਕ ਲਿਖੀ ਗਈ ਸੀ ਜਿਸ ਦਾ ਨਾਮ ਆ ਸ਼ਿਵਾਜੀ ਇਨ ਸਾਊਥ ਬਲੌਕ ਦਾ ਅਨਰੀਟੇਨ ਹਿਸਟਰੀ ਆਫ ਪ੍ਰਾਊਡ ਪੀਪਲ ਇਹ ਬੁੱਕ ਗਿਰਿਸ਼ ਕੁਵੇਰ ਨੇ ਲਿਖੀ ਭਾਰਤ ਦਾ ਪਹਿਲਾ ਖੇਤੀ ਨਿਰਜਾਤ ਸੁਵਿਧਾ ਕੇਂਦਰ ਮਹਾਰਾਸ਼ਟਰ ਦੇ ਪੂਨੇ ਦੇ ਵਿੱਚ ਬਣਿਆ ਲੋਨਾਰ ਚੀਲ ਮਹਾਰਾਸ਼ਟਰ ਦੇ ਵਿੱਚ ਆ ਉਜਾਨੀ ਡੈਮ ਮਹਾਰਾਸ਼ਟਰ ਦੇ ਵਿੱਚ ਆ ਜੈਕਵਾੜੀ ਡੈਮ ਮਹਾਰਾਸ਼ਟਰ ਦੇ ਵਿੱਚ ਆ ਕੋਇਨਾ ਡੈਮ ਵੀ ਮਹਾਰਾਸ਼ਟਰ ਦੇ ਵਿੱਚ ਆ ਮਾਈਗ੍ਰੇਸ਼ਨ ਟਰੈਕਿੰਗ ਐਪ ਵਿਕਸਿਤ ਕਰਨ ਵਾਲਾ ਪਹਿਲਾ ਰਾਜ ਬਣਿਆ ਮਹਾਰਾਸ਼ਟਰ ਮਹਾਰਾਸ਼ਟਰ ਵਿੱਚ ਭਾਰਤ ਦੇ ਸਭ ਤੋਂ ਵੱਧ ਸੂਤੀ ਕੱਪੜੇ ਦੇ ਕਾਰਖਾਨੇ ਮਿਲਦੇ ਹਨ ਭਾਰਤ ਦੇ ਵਿੱਚ ਮੁਗਫਲੀ ਦਾ ਸਭ ਤੋਂ ਵੱਧ ਉਤਪਾਦਨ ਮਹਾਰਾਸ਼ਟਰ ਦੇ ਵਿੱਚ ਹੁੰਦਾ ਹੈ ਮਹਾਰਾਸ਼ਟਰ ਸਰਕਾਰ ਨੇ ਨੀਤੀ ਆਯੋਗ ਵਰਗੀ ਸੰਸਥਾ ਬਣਾਉਣ ਦੀ ਘੋਸ਼ਣਾ ਕਰ ਚੁੱਕੀ ਹੈ ਮਹਾਰਾਸ਼ਟਰ ਪ੍ਰਾਪਰਟੀ ਰਜਿਸਟ੍ਰੇਸ਼ਨ ਨੂੰ ਡਿਜੀਟਲ ਕਰਨ ਵਾਲਾ ਪਹਿਲਾ ਰਾਜ ਬਣਿਆ ਮਹਾਰਾਸ਼ਟਰ ਦੇ 나ਗਪੁਰ ਵਿੱਚ ਮਰਵਤ ਉਤਸਵ ਮਨਾਇਆ ਗਿਆ ਦੇਸ਼ ਦੀ ਪਹਿਲੀ ਇਲੈਕਟ੍ਰਿਕ ਡਬਲ ਡੈਕਰ ਏਸੀ ਬੱਸ ਮੁੰਬਈ ਦੇ ਵਿੱਚ ਸ਼ੁਰੂ ਹੋਈ ਮਹਾਰਾਸ਼ਟਰ ਸਰਕਾਰ ਨੇ ਦਹੀਂ ਹਾਂਡੀ ਨੂੰ ਖੇਡਾਂ ਦਾ ਦਰਜਾ ਦੇਣ ਦਾ ਐਲਾਨ ਕੀਤਾ ਤੇ ਭਾਰਤ ਨੇ ਨਾਗਪੁਰ ਵਿੱਚ ਸਭ ਤੋਂ ਲੰਮਾ ਡਬਲ ਡੈਕਰ ਫਲਾਈਓਵਰ ਬਣਾਉਣ ਦਾ ਰਿਕਾਰਡ ਕਾਇਮ ਕੀਤਾ ਨੈਕਸਟ ਕੁਐਸ਼ਨ ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਸੋਲਰ ਰੂਫ ਟਾਪ ਪ੍ਰੋਜੈਕਟ ਸ਼ੁਰੂ ਕੀਤਾ ਹੈ ਹਾਂਜੀ ਸੋਲਰ ਰੂਫ ਵੈਸੇ ਇੱਥੇ ਰੂਫ ਨਹੀਂ ਆਏਗਾ ਰੂਪ ਆਏਗਾ ਸੋਲਰ ਰੂਫ ਟਾਪ ਪ੍ਰੋਜੈਕਟ ਵਰਣਾਉਣਾ ਸ਼ੁਰੂ ਕੀਤਾ ਹੈ ਉੱਤਰ ਪ੍ਰਦੇਸ਼ ਦੀ ਗਵਰਨਮੈਂਟ ਨੇ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੁਣ ਗਵਰਨਮੈਂਟ ਆਫਿਸਸ ਦੀ ਸੱਤ ਤੇ ਸੋਲਰ ਪੈਨਲ ਲਗਾਏ ਜਾਣਗੇ ਇਸ ਦੇ ਤਹਿਤ ਠੀਕ ਹੈ ਤੇ ਹੁਣੇ ਉੱਤਰ ਪ੍ਰਦੇਸ਼ ਦੀ ਗਵਰਨਮੈਂਟ ਨੇ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਕੈਪੀਟਲ ਕੀ ਆ ਲਖਨਊ ਲਖਨਊ ਕਿਹੜੀ ਨਦੀ ਦੇ ਕਿਨਾਰੇ ਸਥਿਤ ਆ ਗੌਂਤੀ ਨਦੀ ਦੇ ਕਿਨਾਰੇ ਸਥਿਤ ਆ ਇੱਥੋਂ ਦੇ ਚੀਫ ਮਿਨਿਸਟਰ ਯੋਗੀ ਅਦਿੱਤਿਆਨਾਥ ਇੱਥੋਂ ਦੇ ਗਵਰਨਰ ਆ ਨੰਦੀਵੈਨ ਪਟੇਲ ਉੱਤਰ ਪ੍ਰਦੇਸ਼ ਦੇ ਵਿੱਚ ਦੁੱਧਵਾਨ ਨੈਸ਼ਨਲ ਪਾਰਕ ਹੈ ਚਿਤਿਆਂ ਲਈ ਫੇਮਸ ਆ ਖਤਰਨਿਆ ਘਾਟ ਵਲਡ ਰਾਈਡ ਸੈਂਚਰੀ ਆ ਪੀਲੀਬੀਟ ਟਾਈਗਰ ਰਿਜ਼ਰਵ ਆ ਭਾਰਤ ਦਾ ਸਭ ਤੋਂ ਵੱਧ ਬਸੋਂ ਵਾਲਾ ਰਾਜ ਆ ਉੱਤਰ ਪ੍ਰਦੇਸ਼ ਤੇ ਅਖੰਡ ਦੇ ਸਭ ਤੋਂ ਵੱਧ ਕਾਰਖਾਨੇ ਆ ਉੱਤਰ ਪ੍ਰਦੇਸ਼ ਦੇ ਵਿੱਚ ਉੱਤਰ ਪ੍ਰਦੇਸ਼ ਨੂੰ ਆਯੂਸ਼ਮਾਨ ਐਕਸੀਲੈਂਸ ਅਵਾਰਡ 2022 ਮਿਲਿਆ ਉੱਤਰ ਪ੍ਰਦੇਸ਼ ਸਰਕਾਰ ਮਾਤਭੂਮੀ ਯੋਜਨਾ ਪੋਰਟਲ ਸ਼ੁਰੂ ਕਰੇਗੀ ਉੱਤਰ ਪ੍ਰਦੇਸ਼ ਦੇ ਬਾਰਾਨਸੀ ਸਹਿਰ ਨੂੰ ਪਹਿਲੇ ਐਸ ਸੀਓ ਸੈਰਸਪਾਟਾ ਤੇ ਸੱਭਿਆਚਾਰਕ ਰਾਜਨੀਤੀ ਵਜੋਂ ਘੋਸ਼ਿਤ ਕੀਤਾ ਗਿਆ ਫਾਸਟ ਟਰੈਕ ਅਦਾਲਤਾਂ ਦੇ ਵਿੱਚ ਲੰਬਿਤ ਮਾਮਲਿਆਂ ਦੇ ਵਿੱਚ ਉੱਤਰ ਪ੍ਰਦੇਸ਼ ਸਭ ਤੋਂ ਉੱਪਰ ਲਖਨਊ ਵਿੱਚ ਭਾਰਤ ਦਾ ਪਹਿਲਾ ਨਾਈਟਸ ਫਾਰੀ ਅਤੇ ਜੈਬ ਭਿੰਦਾ ਪਾਰਕ ਬਣਾਇਆ ਗਿਆ ਹਾਂਜੀ ਨੈਕਸਟ ਪੋਜੀਸ਼ਨ ਅਸੀਂ ਕਰਦੇ ਹਾਂ हाल ही ਵਿੱਚ ਪ੍ਰਧਾਨ ਮੰਤਰੀ ਐਕਸੀਲੈਂਸ ਅਵਾਰਡ ਲਈ ਕਿਸ ਨੇ ਪੋਰਟਲ ਲਾਂਚ ਕੀਤਾ ਹਾਂਜੀ ਪ੍ਰਧਾਨ ਮੰਤਰੀ ਐਕਸੀਲੈਂਸ ਅਵਾਰਡ ਦੇ ਲਈ ਪੋਰਟਲ ਲਾਂਚ ਕੀਤਾ ਹੈ ਕਿੰਨਾ ਨੇ ਲਾਂਚ ਕੀਤਾ ਸਾਡੇ ਪ੍ਰithvi ਵਿਗਿਆਨ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ অপਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ ਹਾਂਜੀ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਹਾਲ ਹੀ ਵਿੱਚ ਕੈਨੇਡਾ ਵਿੱਚ ਗਲੋਬਲ ਇੰਡੀਆ ਅਵਾਰਡ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਹਾਂਜੀ ਕੈਨੇਡਾ ਦੇ ਵਿੱਚ ग्लोबल इंडिया अवार्ड ਦੇ ਨਾਲ ਕਿੰਨਾ ਨੂੰ ਸਨਮਾਨਿਤ ਕੀਤਾ ਗਿਆ ਅਨਿਲ ਅਗਰਵਾਲ ਨੂੰ ਅਨਿਲ ਅਗਰਵਾਲ ਬਿੰਦਾਂਤਾ ਦੇ ਸੰਸਥਾਪਕ ਆ ਤੇ ਇਸੇ ਲਈ ਇਹਨਾਂ ਨੂੰ ਗਲੋਬਲ ਇੰਡੀਆ अवार्ड ਦੇ ਨਾਲ ਸਨਮਾਨਿਤ ਕੀਤਾ ਗਿਆ অপਸ਼ਨ ਨੰਬਰ ਸੀ ਇਜ਼ ਅ ਰਾਈਟ ਆਨਸਰ ਹਾਂਜੀ ਨੈਕਸਟ ਕੁਐਸਚਨ ਅਸੀਂ ਕਰਦੇ ਹਾਂ ਹਾਲ ਹੀ ਵਿੱਚ ਕਿਸ ਨੇ ਗੇਲ ਦੇ ਚੇਅਰਮੈਨ ਵਜੋਂ ਆਉਂਦਾ ਸੰਭਾਲ ਲਿਆ ਹਾਂਜੀ ਗੇਲ ਦੇ ਚੇਅਰਮੈਨ ਵਜੋਂ ਆਉਂਦਾ ਸੰਭਾਲ ਲਿਆਏ ਕਿੰਨਾਂ ਨੇ ਸੰਭਾਲ ਲਿਆ ਗੇਲ ਦੇ ਚੇਅਰਮੈਨ ਕੌਣ ਬਣਿਆ ਰੀਸੈਂਟਲੀ ਤਾਂ ਗੇਲ ਦੇ ਚੇਅਰਮੈਨ ਬਣਿਆ ਸੰਦੀਪ ਕੁਮਾਰ ਗੁਪਤਾ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੁਣ ਅਸੀਂ ਅਪੁਆਇੰਟਮੈਂਟ ਦੀ ਗੱਲ ਕੀਤੀ ਆ ਤਾਂ ਰੀਸੈਂਟਲੀ ਜਿੰਨੀਆਂ ਵੀ ਅਪੁਆਇੰਟਮੈਂਟ ਹੋਈਆਂ ਉਹਨਾਂ ਨੂੰ ਵੀ ਰਿਵਾਈਜ਼ ਕਰ ਲੈਣੇ ਆ ਲਲਿਤ ਪਸ਼ੀਨ ਨੂੰ ਅਮਰੀਕਨ ਚੈਂਬਰਸ ਆਫ ਕਮਰਸ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਰਜਿੰਦਰ ਕੁਮਾਰ ਨੂੰ ESIC ਦਾ ਡਾਇਰੈਕਟਰ ਜਨਰਲ ਅਪੁਆਇੰਟ ਕੀਤਾ ਗਿਆ ਵਿਜੇ ਜਸੂਜਾ ਨੂੰ ਸਟੈਸਫਿੰਨ ਦਾ ਸਤੰਤ ਨਿਰਦੇਸ਼ਕ ਅਪੁਆਇੰਟ ਕੀਤਾ ਗਿਆ। ਦਲੀਪ ਅੰਬੇ ਨੂੰ NPCI ਦਾ MD ਅਤੇ CEO ਨਿਯੁਕਤ ਕੀਤਾ ਗਿਆ। ਭਾਰਤ لال ਨੂੰ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਂਸ ਦਾ ਨਵਾਂ ਡਾਇਰੈਕਟਰ ਨਿਯੁਕਤ ਕੀਤਾ ਗਿਆ। ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫਾਰ ਵਾਚਿੰਗ।